ਹੁਣ ਬਾਂਦਰ ਕੀ ਕਰਨਗੇ ਕੋ ਮਿਹਨਤ ਮਸ਼ਕਤ ਕਰਨਗੇ ਕੀ ਕਰਨਗੇ ਬਾਂਦਰ ਮਸ਼ਕਤ ਕਰਨਗੇ ਕੀ ਕਰਨਗੇ ਜੇ ਬਾਂਦਰ ਕਰਨਗੇ ਕੀ ਹੁਣ ਉੱਥੇ ਜਾਗਾ ਬਾਂਦਰਾਂ ਨੇ ਕੀ ਕਰਨਾ ਯਾਰ ਛੋੜ ਇਹ ਕੀ ਹੈ ਉਹ ਮੋਟੀ ਮੱਝ ਆਲਿਓ ਤੁਹਾਡੇ ਡਾਈਵੋ ਚ ਹਿੱਸੇ ਨੇ ਉੱਪਰ ਕਰੋ ਵੀ ਸ਼ੋਅ ਜਾਗਾ ਜੀ ਫੈਸਲਾ ਬਾਦ ਬੱਬੂ ਆਉਣਾ ਹੈ ਨਾ ਤੇ ਗੰਨੇ ਵਾਲੀ ਟਰਾਲੀ ਤੇ ਬੈਠਾ ਨਾ ਅਰੇ ਰਾਹ ਡਰਾਈਵਰ ਖਰੇ ਤੈਨੂੰ ਕੀ ਕੀ ਕਹਿੰਦਾ ਹੁੰਦਾ ਸੀ ਨਯਾ ਬਾਪੋ ਚੁੱਪ ਹੈ एक लिबास होता है जो पाइप बजाने वाले किल्ट दैट इज कॉल्ड स्किल्ट और स्कॉटिश है तो तुर्की में क्लांट बजाने वाले तुर्की में जैसे किल्ट बजाते हैं और किल्ट बजाई नहीं जाती पहनी जाती है वो होती है इस तरह जैसे स्कर्ट के साथ एक लंबा सा कपड़ा एक साइड से नीचे लटक रहा हो उसका जो चेक है ना वो रूबी के कोट से मिलता जुलता है सर उन बेचारे की पता उन्होंने बुजुर्ग ने सारी जिंदगी चिट्टी वर्दी पाई नहीं सर ये तो फिर पर्सनल हो गया ਤੁਹਾਡੇ ਬਜ਼ੁਰਗ ਹਾਰਡ ਹੋਣੋਂ ਕੋ ਡਰਦੇ ਹੁੰਦੇ ਸਨ ਬੜਾ ਇਹ ਤੇ ਖੁੱਲ ਜਾਂਦੇ ਸੀ ਸਾਡੇ ਬਜ਼ੁਰਗ ਦੌੜ ਪੈਂਦੇ ਸੀ ਇਹਦੇ ਅਬੂ ਦੇ ਔਰ ਇਹ ਸਾਡੇ ਬਜ਼ੁਰਗਾਂ ਦੇ ਮਗਰ ਭਲਾ ਕੀ ਹੋ ਪੈਂਦੇ ਉਹ ਸਾਰਿਆਂ ਨੇ ਪੈਂਟਾਂ ਪਾਈਆਂ ਹੁੰਦੀਆਂ ਸੀ ਔਰ ਬੈਲਟ ਇੱਕ ਦੇ ਨਹੀਂ ਹੁੰਦੀ ਸੀ ਕਿਸੇ ਨੇ ਸੇਬਾ ਬੰਨਿਆ ਕਿਸੇ ਨੇ ਨਾਲਾ ਬੰਨਿਆ ਨਹੀਂ ਵੈਸੇ ਤਾਈ ਪਸਮਾਨਦਾ ਬੈਂਡ ਵਾਲੇ ਦੇਖੇ ਹੈ ਤੁਮਨੇ ਇਤਨੇ ਸਲਿਮ ਸਮਾਰਟ ਹੈਂਡਸਮ ਵੈਲ ਡਰੈਸਡ ਸਪਿਕ ਸਪੈਨ ਮੈਨੇ ਦੇਖ ਰਿਹਾ ਸਰ ਇਹ ਅਬੂ ਹੈ ਇਹ ਮੈਂ ਤੇ ਬਜ਼ੁਰਗਾਂ ਦੀ ਗੱਲ ਕਰ ਰਿਹਾ ਹਾਂ ਚਿੱਟੀ ਵਰਦੀ ਨਾਲ ਕੈਂਚੀ ਚੱਪਲ ਹਾਂਜੀ और 15-20 दिन हो गए खान साहब ने पैर नहीं धोते नहीं बबू दे अंदर तस्वीर मैं देखी है अच्छा हां शेर उतलात रखी उते वाजा फड़े है
इस तरह का आपका उर्दू ना बोलने दी कुत्ते वाली गल जेड़ा तुरे जांदे हुंदा ना जी ओदे च वाजे वाले सिर्फ गालां पैंदियां तुरे जांदे पैर ते पैर रखदे तेरी ਉਹ ਸਰ ਜਿਹਦਾ ਲੰਮਾ ਕੱਦ ਹੁੰਦਾ ਉਹ ਵੀ ਬੜਾ ਬੁਰਾ ਲੱਗਦਾ ਇਹਨਾਂ ਨੂੰ ਅੱਛਾ ਹਾਂਜੀ ਉਹ ਵੇਲ ਤੱਕ ਹੱਥ ਨਹੀਂ ਪਹੁੰਚਦਾ ਇਹਨਾਂ ਦਾ ਅਮਾਨ ਅੱਲਾ ਕੀ ਯਾਦ ਤਾਜ਼ਾ ਹੋ ਰਹੀ ਇਤਨੀ ਸ਼ਾਨਦਾਰ ਆਬਜ਼ਰਵੇਸ਼ਨ ਤੁਸੀਂ ਕੀਤੀ ਵਾਹ ਕੀ ਬਾਤ ਉਹ ਜਿਹੜਾ ਛੇਣੇ ਵੀ ਜਾਂਦਾ ਇਹਨਾਂ ਨਾਲ ਹੈਲੋ ਉਹ ਛੇਣੇ ਦੀ ਮੁੱਠ ਜਿਹੜੀ ਉਹ ਇਸ ਕਦਰ ਮੈਲੀ ਹੁੰਦੀ ਔਰ ਥੈਲੇ ਵਾਲਾ ਇਹਨਾਂ ਨੂੰ 2 ਮਿੰਟ ਨਜ਼ਰ ਨਾ ਪਾਵੇ ਇਹਨਾਂ ਨੂੰ ਵਸ਼ੀ ਪੈ ਜਾਂਦੀ ਹੈ ਸਾਰਾ ਕੈਸ਼ ਉਹਦੇ ਵਿੱਚ ਹੁੰਦਾ ਆਪਣੇ ਪੱਲਿਓਂ ਸਰ 100 ਰੁਪਏ ਦੀ ਰੋਟੀ ਨਹੀਂ ਖਾਂਦੇ ਫਿਰ ਫਿਰ ਕੇ 250 ਦਾ ਮਰੂੰਡਾ ਖਾ ਜਾਂਦੇ ਜਿਹੜੇ ਸਾਥੀ ਹੁੰਦੇ ਨਾ ਨਾਲ ਸਰ ਹਾਂਜੀ ਵਜਾਣ ਵਾਲੇ ਉਹਨਾਂ ਦੇ ਪੱਲੇ ਰੁਪਿਆ ਨਹੀਂ ਪਾਉਂਦੇ ਕਿਉਂ ਬਖਰਾ ਜਿਸ ਵੇਲੇ ਬਖਰਾ ਹੁੰਦਾ ਨਾ ਜੀ ਇਹ ਨਿਆਜ਼ ਦੇ ਪੈਸੇ ਇਸੇ ਇਹ ਵੱਡੇ ਖਾਨ ਸਾਹਿਬ ਦੇ ਨਾਂ ਦੇ ਪੈਸੇ ਉਹਨਾਂ ਦੀ ਬਰਸੀ ਦੇ ਪੈਸੇ ਔਰ ਉਹਨਾਂ ਵਿਚਾਰਿਆਂ ਨੂੰ ਉਹੀ 35-35 40-40 ਆ ਬੜੀ ਅੱਛੀ ਜੰਜ ਵੱਜ ਗਈ ਤੇ 100 ਹਾਏ ਹਾਏ ਬਸ ਬਾਕੀ ਸਾਰਾ ਕੁਝ ਉਹਨੇ ਲੈ ਜਾਣਾ ਉਹ ਜੋ ਰਿੰਗ ਲੀਡਰ ਹੁੰਦਾ ਜੀ ਰਿੰਗ ਲੀਡਰ ਜਿਹੜਾ ਦੁਕਾਨ ਉਹਦੀ ਵਾਜੇ ਉਹਦੇ ਵਰਦੀਆਂ ਉਹਦੀਆਂ ਹੁੰਦੀਆਂ ਅੱਛਾ ਇਹ ਤਾਂ ਕਰਾਉਂਦੇ ਸਿਵਲ ਚ ਵਿਚਾਰੇ ਬਈ ਕਮਾਲ ਹੈ ਪੂਰੇ ਦਾ ਪੂਰਾ ਇੱਕ ਦਬਿਸਤਾਨ ਹੈ ਇਹ ਔਰ ਜ਼ਿਆਦਾਤਰ ਜਿਹੜੇ ਇਹਨਾਂ ਦੇ ਚੁਬਾਰੇ ਹੁੰਦੇ ਨੇ ਜੀ ਲੋਹੇ ਦੀ ਸੀੜੀ ਹੁੰਦੀ ਬਾਹਰੋਂ ਔਰ ਖਾਨ ਸਾਹਿਬ ਸਰਦੀਆਂ 'ਚ ਕਦੀ ਇਹਨਾਂ ਨੂੰ ਹੱਥ ਲਾਏ ਗਏ ਜੀ ਚੜੇਗਾ ਔਰ ਸੀੜੀਆਂ ਇੰਜ ਉੱਤਰਦੇ ਮੈਂ ਦੁਬਈ ਜਾ ਰਹੇ ਨੇ ਸਰ ਇਹਨਾਂ ਦਾ ਇੱਕ ਚੇਜ਼ਾ ਵੀ ਇਹਨਾਂ ਦੇ ਸਾਹਮਣੇ ਅਚਾਰ ਖਾਣਾ ਸ਼ੁਰੂ ਕਰ ਦਿਓ ਇਹ ਵਜਾ ਹੀ ਨਹੀਂ ਸਕਦੇ ਨਹੀਂ ਵਜਾਦੇ ਮੂੰਹ 'ਚ ਪਾਣੀ ਆ ਜਾਏਗਾ ਵਾਜੇ ਵਾਲੇ ਸਾਹਮਣੇ ਕਿਹਨੂੰ ਖਾ ਲਓ ਉਹ ਬਜਾਏ ਭਰਵਾਂ ਜਿਹੜਾ ਨਾ ਬਾਬਾ ਬਾ